ਅਸੀਂ ਇਸ ਵਕਤ ਮੌਜੂਦ ਹਾਂ ਅੰਮ੍ਰਿਤਸਰ ਦੇ ਪੰਜਾਬ ਰੋਡਵੇ ਬੱਸ ਦੇ ਡਿਪੂ ਨੰਬਰ 1 ਦੇ ਤੇ ਦੱਸ ਦਈਏ ਕਿ ਇਸ ਡਿਪੂ ਦੇ ਜੋ ਹਾਲਾਤ ਨੇ ਉਹ ਖੁਦ ਹੀ ਬਿਆਨ ਕਰ ਰਹੇ ਨੇ ਕਿਉਂਕਿ ਇਸ ਡਿਪੂ ਦੇ ਵਿੱਚ ਨਾ ਤਾਂ ਪੀਣ ਵਾਲਾ ਪਾਣੀ ਆ ਇਲੈਕਟ੍ਰਿਸਿਟੀ ਦੀ ਗੱਲ ਕਰੀਏ ਤਾਂ ਸ਼ਰੇਆਮ ਆਪਾਂ ਕਹਿ ਸਕਦੇ ਹਾਂ ਕਿ ਨੰਗੀਆਂ ਤਾਰਾਂ ਉਸੇ ਤਰੀਕੇ ਨਾਲ ਉਸੇ ਖਤਰੇ ਦੇ ਵਿੱਚ ਜੋ ਇੱਥੋਂ ਦੇ ਮੁਲਾਜ਼ਮ ਨੇ ਉਹ ਕੰਮ ਕਰ ਰਹੇ ਨੇ ਪਰ ਜੇਕਰ ਗੱਲ ਕਰ ਲਈ ਇਸ ਡਿਪੂ ਦੀ ਤਾਂ ਇਹ ਡਿਪੂ 1948 ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਜੋ ਹੈਂਡਓਵਰ ਕੀਤਾ ਗਿਆ ਸੀਗਾ ਜੋ ਇੱਥੋਂ ਦੇ ਮਕੈਨਿਕ ਨੇ ਜੋ ਇੱਥੋਂ ਦੇ ਮੁਲਾਜ਼ਮ ਨੇ ਪਰ ਉਸ ਤੋਂ ਬਾਅਦ ਇਸ ਡਿਪੂ ਦੀ ਸਾਰ ਨਹੀਂ ਲਿੱਤੀ ਗਈ ਆਉਣ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈ ਤਾਂ ਕਾਫੀ ਜੋ ਇਹਨਾਂ ਵੱਲੋਂ ਆਸ ਲਗਾਈ ਗਈ ਕਿ ਸਰਕਾਰਾਂ ਸਾਡੀਆਂ ਜ਼ਰੂਰ ਬਾਤ ਪੁੱਛਣਗੀਆਂ ਪਰ ਜੇਕਰ ਅੱਜ ਦੀ ਗੱਲ ਕਰ ਲਈਏ ਤਾਂ ਠੀਕ ਹੈ ਨਵੀਂ ਸਰਕਾਰ ਆਈ ਆ ਕਾਫੀ ਕੁਝ ਨਵਾਂ ਜੋ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਜੋ ਜਨਤਾ ਨੂੰ ਦਿੱਤਾ ਪਰ ਉੱਥੇ ਹੀ ਇੱਥੋਂ ਦੇ ਜੋ ਡਿਪੂ ਦੇ ਵਿੱਚ ਕੰਮ ਕਰਨ ਵਾਲੇ ਜੋ ਮਕੈਨਿਕ ਨੇ ਉਹਨਾਂ ਵੱਲੋਂ ਇੱਕ ਆਸ ਲਗਾਈ ਜਾ ਰਹੀ ਹੈ ਕਿ ਜੋ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਦੀ ਵੀ ਜੋ ਸਾਰ ਪੁੱਛੇ ਤੇ ਇਸ ਦੇ ਨਾਲ ਹੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਤਸਵੀਰ ਇਹ ਵੀ ਦਿਖਾਈ ਜਾਵੇ ਜਿੱਥੇ ਸ਼ਰੇਆਮ ਤਾਰਾਂ ਦੀ ਜੋ ਸਾਫ਼ ਦਿਖ ਰਿਹਾ ਕਿ ਬਿਲਕੁਲ ਹੀ ਨੰਗੀਆਂ ਤਾਰਾਂ ਇੱਕ ਕੰਧ ਦੇ ਨਾਲ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਇਸ਼ੂ ਤੇ ਸਾਡੇ ਨਾਲ ਗੱਲ ਕਰਨਗੇ ਸਮਾਜ ਸੇਵੀ ਇੰਜੀਨੀਅਰ ਪਵਨ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਜੀ ਪਵਨ ਜੀ ਤੁਸੀਂ ਇੱਥੇ ਆਏ ਹੋ ਇਹ ਹਾਲਾਤ ਪਹਿਲੀਆਂ ਸਰਕਾਰਾਂ 'ਚ ਵੀ ਇਦਾਂ ਸੀ ਪਰ ਇਹ ਸਰਕਾਰ ਤੋਂ ਕਿਵੇਂ ਜੋ ਇੱਥੋਂ ਦੇ ਲੋਕ ਜੋ ਆਪਾਂ ਕਹਿ ਸਕਦੇ ਹਾਂ ਜੋ ਮੁਲਾਜ਼ਮ ਨੇ ਉਹ ਅਪੀਲ ਕਰਨਾ ਚਾਹੁੰਦੇ ਕੀ ਤੁਹਾਡੇ ਤੱਕ ਕਿਵੇਂ ਗੱਲ ਪਹੁੰਚੀ ਇੱਥੋਂ ਦੀ ਦੇਖੋ ਸਭ ਤੋਂ ਪਹਿਲਾਂ ਤਾਂ ਆਪ ਦਾ ਧੰਨਵਾਦ ਹੈ ਜਗਬਾਣੀ ਟੀਵੀ ਦਾ ਧੰਨਵਾਦ ਹੈ ਜੋ ਕਿ ਮਜ਼ਲੂਮ ਗਰੀਬ ਸ਼ਰੀਫ ਲੋਕਾਂ ਦੀ ਆਵਾਜ਼ ਸਮੇਂ-ਸਮੇਂ ਸਿਰ ਬੁਲੰਦ ਕਰਦੇ ਆ ਅੱਜ ਅਸੀਂ ਮੌਜੂਦਾ ਸਥਿਤੀ ਦੇ ਵਿੱਚ ਅੰਮ੍ਰਿਤਸਰ ਦੇ ਪੰਜਾਬ ਰੋਡਵੇਜ਼ ਡਿਪੂ 102 ਦੀ ਰਿਪੇਅਰ ਵਰਕਸ਼ਾਪ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਅਸੀਂ ਦੇਖ ਲਿਆ ਕਿ ਬਹੁਤ ਵੱਧ ਤੋਂ ਵੱਧ ਤਰੀਨ ਹਾਲਾਤ ਬਣੇ ਹੋਏ ਆ ਬਾਰਿਸ਼ ਪੈਂਦੀ ਆ ਤੇ ਪੂਰਾ ਵਰਕਸ਼ਾਪ ਜਿਹੜੀ ਆ ਪਾਣੀ ਨਾਲ ਭਰ ਜਾਂਦੀ ਆ ਮੱਛਰ ਡੇਂਗੂ ਸਨੇਕਸ ਹੋਰ ਤਰ੍ਹਾਂ ਦੇ ਜਿਹੜੇ ਜ਼ਹਿਰੀਲੇ ਇਨਸੈਕਟਸ ਹੁੰਦੇ ਆ ਉਹਨਾਂ ਦੀ ਬਾਈਟਸ ਨਾਲ ਕਈ ਵਾਰ ਜਿਹੜੇ ਮਕੈਨੀਕਲ ਵਰਕ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਬਿਮਾਰੀਆਂ ਲੱਗੀਆਂ ਰੋਗਗ੍ਰਸਤ ਹੋਏ ਉਹਨਾਂ ਦੀਆਂ ਛੁੱਟੀਆਂ ਹੋਈਆਂ ਫਿਰ ਉਸ ਤੋਂ ਵੀ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਐਡੀ ਵੱਡੀ ਐਡੀ ਪੁਰਾਣੀ ਵਰਕਸ਼ਾਪ ਹੋਵੇ ਲਗਭਗ 1948 ਤੋਂ ਦੱਸੀ ਜਾ ਰਹੀ ਹੈ ਉਹਦੇ ਵਿੱਚ ਬੁਨਿਆਦੀ ਸਹੂਲਤਾਂ ਹੀ ਮੁਯੱਸਰ ਨਾ ਹੋਣ ਕਿਸੇ ਤਰ੍ਹਾਂ ਦੇ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਵੇ ਕਿਸੇ ਤਰ੍ਹਾਂ ਦਾ ਸਾਨੂੰ ਸ਼ੈਲਟਰ ਨਾ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਕਿ ਸ਼ੈਲਟਸ ਦਾ ਵੀ ਇਸ ਵੇਲੇ ਕੀ ਹਾਲਾਤ ਬਣੀ ਹੋਈ ਹੈ ਸਾਰੇ ਜੰਗਾਲ ਲੱਗ ਕੇ ਜਿਹੜਾ ਉਹ ਟੁੱਟ ਗਏ ਨੇ ਔਰ ਇਹ ਡਿੱਗਣ ਦੀ ਕਗਾਰ ਦੇ ਉੱਤੇ ਆ ਚੁੱਕੇ ਨੇ ਜਿਹਦੇ ਨਾਲ ਕੋਈ ਵੀ ਵੱਡਾ ਹਾਦਸਾ ਸਮੇਂ ਸਿਰ ਪੇਸ਼ ਹੋ ਸਕਦਾ ਔਰ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੁੰਦਾ ਉਹਦੇ ਵਿੱਚ ਕਈ ਵਾਰੀ ਅਸੀਂ ਇਦਾਂ ਦੀ ਗੱਲ ਬਣ ਜਾਂਦੀ ਆ ਕਿ ਪੈਨੀ ਵਾਈਜ਼ ਪਾਉਂਡ ਫੁਲਿਸ਼ ਕਿ ਜਦੋਂ ਅਸੀਂ ਵੱਡੀਆਂ ਗੱਲਾਂ ਵੱਲ ਜੇ ਅਸੀਂ ਤਰਜੀਹ ਨਹੀਂ ਦਿੰਦੇ ਛੋਟੀ ਛੋਟੀ ਗੱਲਾਂ ਵੱਲ ਜ਼ਿਆਦਾ ਰੌਲਾ ਪਾਉਂਦੇ ਹਾਂ ਪਰ ਵੱਡੀਆਂ ਗੱਲਾਂ ਵੱਲ ਤਰਜੀਹ ਨਹੀਂ ਦਿੰਦੇ ਜੇ ਕਿਸੇ ਮਕੈਨਿਕ ਦੇ ਨਾਲ ਕੋਈ ਹਾਦਸਾ ਦਰਪੇਸ਼ ਆ ਜੇ ਉਹਦੀ ਕੀਮਤੀ ਜਾਨ ਚਲੀ ਜਾਵੇ ਤੇ ਫਿਰ ਅਖਬਾਰਾਂ ਦੇ ਵਿੱਚ ਆਉਂਦਾ ਮੀਡੀਆ ਦੇ ਵਿੱਚ ਆਉਂਦਾ ਫਿਰ ਮੁਆਵਜ਼ੇ ਦਿੱਤੇ ਜਾਂਦੇ ਆ ਸਾਨੂੰ ਉਹ ਪਹਿਲਾਂ ਹੀ ਐਂਟੀਸਪੇਟਰੀ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੀ ਬੁਨਿਆਦੀ ਸਹੂਲਤਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਪੰਜਾਬ ਰੋਡਵੇਜ਼ ਦੀ ਇਸ ਵਰਕਸ਼ਾਪ ਦੇ ਵਿੱਚ ਜਿਹੜੀ ਰਿਪੇਅਰ ਸਿਸਟਮ ਹੈਗਾ ਉਹ ਵੱਡੇ ਲੈਵਲ ਦੇ ਉੱਤੇ ਬੈਡਲੀ ਹਿੱਟ ਕਰਦਾ ਆ ਜੇ ਮਕੈਨਿਕਸ ਨੂੰ ਅੱਛੀ ਸੁਵਿਧਾਵਾਂ ਨਹੀਂ ਮਿਲਣਗੀਆਂ ਬੱਸਿਸ ਲੰਬੇ ਸਮੇਂ ਲਈ ਇੱਥੇ ਖੜੀਆਂ ਰਹਿਣਗੀਆਂ ਰਿਪੇਅਰਿੰਗ ਜਿਹੜੀ ਆ ਡਿਲੇ ਹੋਊਗੀ ਜੇ ਡਿਲੇ ਹੋਊਗੀ ਤਾਂ ਆਟੋਮੈਟਿਕਲੀ ਬੱਸ ਰੂਟ 'ਤੇ ਨਹੀਂ ਜਾਊਗੀ ਰੂਟ 'ਤੇ ਨਹੀਂ ਜਾਊਗੀ ਤਾਂ ਇਨ ਦੀ ਐਂਡ ਜਿਹੜਾ ਪੈਸੰਜਰ ਆ ਟਰੈਵਲਰ ਆ ਉਹਨੂੰ ਵੱਡੀ ਮੁਸ਼ਕਲ ਆਊਗੀ ਸਾਡੇ ਸੂਬੇ ਦੇ ਵਿੱਚ ਬੱਸਾਂ ਦੀ ਫ੍ਰੀਕੁਐਂਸੀ ਘਟੂਗੀ ਔਰ ਉਸ ਤੋਂ ਬਾਅਦ ਇਹਨਾਂ ਡਿਪੂਸ ਦੀ ਮਾਲੀਆ ਜਿਹੜਾ ਮਹੀਨੇ ਦਾ ਲਗਭਗ 12 ਤੋਂ 14 ਕਰੋੜ ਰੁਪਇਆ ਹੁੰਦਾ ਔਰ ਤੁਸੀਂ ਕਹਿ ਸਕਦੇ ਹੋ ਕਿ 250 ਦੇ ਕਰੀਬ ਇੱਥੇ ਬੱਸਾਂ ਹੈਗੀਆਂ ਔਰ ਇਸ ਤੋਂ ਵੀ ਅਗਲੀ ਗੱਲ ਜਿਹੜੀ ਆ ਕਿ ਇਹਦੇ ਵਿੱਚ ਰਿਕਰੂਟਮੈਂਟ ਜਿਹੜੀ ਆ ਇਸ ਡਿਪਾਰਟਮੈਂਟ ਵੱਲੋਂ ਨਵੀਂ ਨਹੀਂ ਕੀਤੀ ਗਈ ਜਿਹਦੇ ਵਿੱਚ ਕੰਡਕਟਰਸ ਔਰ ਬੱਸ ਡਰਾਈਵਰਸ ਦੀ ਘਾਟ ਹੈਗੀ ਆ ਜਿਹਦੇ ਕਰਕੇ 15 ਤੋਂ 20 ਬੱਸਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਡਿਪੂਸ ਦੇ ਉੱਪਰ ਖੜੀਆਂ ਹੁੰਦੀਆਂ ਨਵੀਆਂ ਹੀ ਸੋ ਇਸ ਕਰਕੇ ਇਹਨਾਂ ਸਾਰਿਆਂ ਦਾ ਇਨ ਦੀ ਐਂਡ ਜਿਹੜਾ ਲੋਡ ਹੈਗਾ ਉਹ ਡਿਪਾਰਟਮੈਂਟ ਤੇ ਜਿੱਥੇ ਪੈਂਦਾ ਹੀ ਆ ਪਰ ਪੈਸੰਜਰ ਦੇ ਉੱਪਰ ਵੀ ਪੈਂਦਾ ਉਹਨਾਂ ਨੂੰ ਉਹ ਫ੍ਰੀਕੁਐਂਸੀ ਬੱਸ ਦੀ ਨਹੀਂ ਮਿਲਦੀ ਸੋ ਸਰਵਿਸ ਪ੍ਰਭਾਵਿਤ ਹੁੰਦੀ ਆ ਸੋ ਇਸ ਕਰਕੇ ਇਹਨਾਂ ਸ਼ੈਲਟਰਸ ਦਾ ਧਿਆਨ ਰੱਖਣਾ ਚਾਹੀਦਾ ਮਕੈਨਿਕਸ ਦਾ ਧਿਆਨ ਰੱਖਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਕਈ ਵਾਰ ਤੇ ਇੱਥੇ ਸਪੇਅਰ ਪਾਰਟਸ ਵੀ ਅਵੇਲੇਬਲ ਨਹੀਂ ਹੁੰਦੇ ਫਿਰ ਜਿਹੜੇ ਮਕੈਨਿਕਸ ਆ ਉਹ ਬਾਹਰੋਂ ਸਪੇਅਰ ਪਾਰਟਸ ਲੈ ਕੇ ਆਉਂਦੇ ਆ ਤੁਸੀਂ ਫਿਰ ਆਪੇ ਹੀ ਦੇਖੋ ਕਿ ਇੰਨੇ ਜ਼ਿਆਦਾ ਦੇਰ ਬੱਸਾਂ ਇੱਥੇ ਖੜੀਆਂ ਰਹਿਣਗੀਆਂ ਰੈਵਨਿਊ ਲਾਸ ਹੋਊਗਾ ਜੇ ਕੋਈ ਬੱਸ ਜਿਹੜੀ ਆ ਲਗਭਗ ਜੇ ਕਹਿ ਦਈਏ 1000 ਕਿਲੋਮੀਟਰ ਦੇ ਅਰਾਊਂਡ ਜੇ ਰੁਕਦੀ ਆ 10000 ਕਿਲੋਮੀਟਰ ਕਿਤੇ ਰੁਕ ਜਾਂਦੀ ਨਹੀਂ ਚੱਲਦੀ ਤੇ ਫਿਰ ਉਹ ਲੱਖਾਂ ਦੇ ਵਿੱਚ ਉਹਦਾ ਨੁਕਸਾਨ ਪੰਜਾਬ ਦੇ ਸਟੇਟ ਐਕਸਚੇਕਰ ਦੇ ਵਿੱਚ ਜਾਂਦਾ ਔਰ ਜੇ ਬੁਨਿਆਦੀ ਸਹੂਲਤਾਂ ਹੀ ਨਹੀਂ ਹੋਣਗੀਆਂ ਤੇ ਲੋਕ ਵਿਚਾਰੇ ਕਿਸ ਤਰੀਕੇ ਨਾਲ ਕੰਮ ਕਰ ਸਕਣਗੇ ਮਿਹਨਤਕਸ਼ ਲੋਕ ਹੈਗੇ ਆ ਉਹ ਕਹਿੰਦੇ ਮਾੜੇ ਦਾ ਕੀ ਜ਼ੋਰ ਮੁਹੰਮਦਾ ਨਸ ਜਾਣਾ ਜਾਂ ਰੋਣਾ ਫਿਰ ਇਹ ਵਿਅਕਤੀ ਜਿਹੜੇ ਲੇਬਰ ਕੰਮ ਕਰਦੇ ਆ ਮਕੈਨਿਕ ਦਾ ਕੰਮ ਕਰਦੇ ਆ ਇਹ ਫਿਰ ਵਿਚਾਰੇ ਵੱਧ ਤੋਂ ਵੱਧ ਆਪਣੇ ਅਫਸਰਾਂ ਨੂੰ ਕਹਿ ਦਿੰਦੇ ਆ ਫਿਰ ਇੱਥੋਂ ਜਿਹੜਾ ਉਹ ਪਰੇਸ਼ਾਨ ਹੋ ਕੇ ਭੱਜਣ ਨੂੰ ਵੀ ਫਿਰਦੇ ਆ ਫਿਰ ਉਸ ਤੋਂ ਬਾਅਦ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਆ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੁੰਦੇ ਆ ਸੋ ਇਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ ਔਰ ਡਿਪੂ ਦੇ
जो 250 बसा ने इना वड्डा इंफ्रास्ट्रक्चर हैगा उन्हूं मेंटेन क्यों नहीं किया गया, कित पीण दे पानी का प्रबंध नहीं किया गया। मैं कहांगा कैमरामैन साहब जरूर दिखाउण इन्हां दे जिथे हैंड वॉशिंग करदे आ, जिथे पानी दे पीण दा प्रबंध आ, उत्थे की हालात इस वेले बने हुए, और जिहड़े इन्नी गंदगी दे विच अपने हत्थां दी सफाई करदे आ, इन्हां नूं हत्थ साफ करन लई साबुन तक इत्थे मयसर नहीं हैगा, और होर भी जिहड़ी बुनियादी चीजां इन्हां नूं चाहीदियां हुंदियां, कपड़ा चाहीदा हुंदा हत्थ साफ करन लई, और जिहड़ा सेफ्टी गियर एक मकैनिक नूं जिहदी जरूरत हुंदी आ, उह भी इन्हां नूं किसे तरीके नाल डिपार्टमेंट ने मयसर नहीं कीता। इहदे नाल फिर इस वर्कशॉप दे हालात जिहड़े बदतरीन हुंदे गए, होर भी माड़े हुंदे गए, जिहदे नाल अज इन्हां दे हालात जिहड़े तरसयोग बणे होए आ। और उस तों बाद जे इंपोर्टेंटली असीं गल करिए कि इत्थे जिहड़ा क्लैरिक स्टाफ भी हैगा, उन्हां दे पीसी मॉनिटर जिहड़े आ चोरी हो गए, पखे चोरी हो गए, उन्हां दे यूपीएस सिस्टम चोरी हो गए, सो इत्थों समझ आउंदा कि इन्हां दी सेफ्टी सिक्योरिटी वास्ते भी कोई प्रबंध जिहे नहीं कीते गए। जिन्हां दे नाल सारीआं गल्लां दे विच आपां इह चीज़ जरूर कह सकदे आ कि पहलीआं सरकारां ने खास विशेष कह सकदे कोई ध्यान नहीं इन्हां वल दित्ता कि जिहड़े इह हालात इन्हां दे बणे, क्योंकि 1948 दा इह जो आपां कह सकदे उहदे करीब जो इह आपां डिपू कह सकदे बणिआ आ, पर उस तों बाद कई सरकारां आईआं कई गईआं, पर जिहड़ी आम आदमी पार्टी आ उह हुण आप कह सकते हैं कि एक तो 1.5 साल जो सरकार आई नू होया, ते जरूर आस करते हो कि आम आदमी पार्टी इन्हां दी जो आवाज सुने ते इन्हां ते कोई हल करे। देखो साडा बेसिक इत्थे आउण दा जिहड़ा कारण हैगा, रीजन हैगा, ओ इही हैगा कि सरकारां तक इन्हां दी गल पहुंचे। जे बतौर डिपार्टमेंट दे इंपलॉइज सरकारां तक अपनी गल नहीं पहुंचा पा रहे, किते कोई कमी खामी रह रही हैगी आ, ते मीडिया दे सहयोग नाल, आप जी दे सहयोग दे नाल इन्हां दी गल जिहड़ी आ प्रमुखता दे नाल पोलिटिकल लीडरस कोल पहुंचे, सरकारां कोल पहुंचण, शासन और प्रशासन को पहुंचे, स्पेशली ट्रांसपोर्ट मिनिस्टर इन्हां गल्लां वल ध्यान देण, इह भी इंसान ही ने, जे वड्डे अफसर एसी कमरियां दे विच बह के अपनी कारजगारी जिहड़ी दिखाउंदे आ, जो कि बहुत समय तो नाकस कारकरदगी रही आ, कोई बहुत वधिया परफॉर्म उन्हां ने नहीं कीता। पिछली सरकारां जदों एंड टेनोर आया खत्म होण वाली सी, उदों भी वड्डे प्रोजेक्ट्स इन्हां वास्ते इस शेल्टर वास्ते भी लिआउण दे प्रपोजल रखे गए, पर गल उत्थे दी उत्थे ही रह गई। हुण नवीं सरकार आई आ, इन्हां नूं विचारियां नूं आस उम्मीद ते हैगी आ कि नवीं गवर्नमेंट आई आ बड़ियां अच्छियां अच्छियां गल्लां कर रहे हैगे आ, क्यों ना इत्थे करके इन्हां लोकां दे लई दिखाउण, ताकि जे मकैनिक नूं बुनियादी सहूलत मिलेगी उह अच्छे तरीके नाल बस दी सर्विस करेगा, रिपेयर करेगा, और बस जदों चलेगी सड़क दे उत्ते लोकां दी जान माल दी रक्षा भी कर सकेगा, और उहदी परफॉर्मेंस अच्छी होगी, एफिशिएंसी ज्यादा होगी, सरकार नूं रेवेन्यू ज्यादा जनरेट होगा। जी बिल्कुल, इत्थे जो काम कर रहे जो मकैनिक ने उह वी इत्थे मौजूद ने, उहनां नाल वी गल करांगे। जी सर, किवें वेखदे हो, क्योंकि सरकार जिहड़ी हुण नवीं आई उहनूं करीब 1 तों 1.5 साल होया, पहलियां सरकारां ने ध्यान नहीं दित्ता, सरकार तो की अपील करते हैं? सर उम्मीद हैगी है भी ये सरकार कोई ना कोई काम जरूर करेगी, पहलियां सरकारां भी रहियां पर पहलों आउंदे वेख के चले जांदे, पर कोई काम नहीं आया इत्थे, ते आ तुसीं हालत वेख ही रहे जे किन्ना बुरा हाल आ, हाथ धोण नूं भी कोई साफ जगह नहीं गी, बहुत ही मतलब माड़ा हाल है वर्षा दा। सरकार आई नूं 1.5 साल होया कह सकते हैं, ते हजे काफी समा जो सरकार दा बाकी है, ते सरकार ने अपनियां गरंटियां भी कह सकते हैं काफी जो पूरियां भी कीतियां ने जां कर भी रही है, ते उन्हां नूं कोई विशेष साडे माध्यम राही साडे टीवी अपना जिले दे जो अपना कह सकते हैं जो पंजाब दे मुख मंत्री ने सरदार भगवंत सिंह मान, उन्हां नूं की कहना चाहोगे? सर उन्हां नूं ते इहो कहना चाहुंदे आ भी अपना वर्षा पल ध्यान दित्ता जावे, ते जिहड़ियां माड़ी हालतां नूं वर्षा नूं बना के दित्ता जावे। हजे तक तुहाडी किसे ने कोई सार नहीं ली पहलियां सरकारां जिद्दां आईआं, तुहानूं किन्ना समां हो गया इत्थे काम? सर सार इदां वा भी आ के मतलब वेख के चले जांदे ही, पर कोई इहदी रिपेयर नहीं, कोई गल नहीं, कोई मतलब इहदी रिपेयर बारे कोई गल नहीं होई। तुहानूं किन्ना समां हो गया इत्थे काम करदिआं नूं? 8-9 साल हो गया जी। 8-9 साल हो गए। हाँ जी, 8-9 साल तो जेडी इथो दी कंडीशन है जां इथो दे जेडे हालात आपां कह सकदे आं ओह सेम एज इट इज ओदां दे ने, जां उत्थे नालों कह सकदे कि काफी चेंजेस होए ने, माड़े होए ने कि चंगे होए ने? ओदां दे ही है जी जिद्दां पहलों ही, कोई मतलब कोई सही नहीं होए, जिद्दां पहलों चलन रही ओदां ही आ। बाकी आ टीना जदों आए हैं नवे उदों फिर भी थोड़ी जिहियां सही ही, पर हुण जिहड़ी हालत है बहुत ज्यादा माड़ी हो गई है, बरसात दे विच जिहड़ी आ बहुत प्रॉब्लम आउंदी आ। ਤੇ ਜਦੋਂ ਕਿਤੇ ਕੰਮ ਕਰਦੇ ਕਦੀ ਇਹ ਡਰ ਨਹੀਂ ਆਉਂਦਾ ਕਿ ਕਿਤੇ ਉੱਪਰ ਹੀ ਨਾ ਡਿੱਗ ਜਾਏ ਕੋਈ ਟੀਨ ਕੋਈ ਇਹੋ ਜਿਹਾ ਹਾਲਾਤ? ਸਰ ਹੁਣ ਰੱਬ ਹੀ ਰੱਖਾ ਵਾ, ਜਦੋਂ ਡਿੱਗਣੀ ਉਦੋਂ ਡਿੱਗ ਹੀ ਪੈਣੀ ਆਈ, ਤੇ ਵੈਸੇ ਚੱਲੀ ਜਾਣ ਡਿਆ ਕੰਮ, ਤੇ ਪਤਾ ਹੀ ਆ ਵੇਖ ਹੀ ਰਹੇ ਜਦੋਂ ਬਰਸਾਤ ਆਉਂਦੀ ਸਾਨੂੰ ਗੱਡੀਆਂ ਦੇ ਵਿੱਚ ਵੜਨਾ ਪੈਂਦਾ, ਲੁਕਣਾ ਪੈਂਦਾ ਵਾ, ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ, ਇਹਦੀਆਂ ਆਪਣਾ ਨਵੀਂ ਬਣਾ ਕੇ ਦਿੱਤੀ ਜਾਵੇ ਜਾਂ ਇਹਦੀ ਰਿਪੇਅਰ ਕੀਤੀ ਜਾਵੇ। ਇਸ ਦੇ ਨਾਲ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਕਿ ਇੱਥੇ ਜਿਹੜੇ ਬਿਜਲੀ ਦੇ ਜੋ ਤਾਰਾਂ ਨੇ ਉਹ ਸ਼ਰੇਆਮ ਇਦਾਂ ਹੀ ਖੁੱਲੀਆਂ ਪਈਆਂ ਨੇ, ਕਿਤੇ ਕੋਈ ਜੋੜ ਹੈ ਜਾਂ ਕੁਛ ਹੈ, ਤੇ ਉੱਥੇ ਕਰੰਟ ਲੱਗਣ ਦਾ ਵੀ ਡਰ ਹੋ ਸਕਦਾ? ਕਰੰਟ ਲੱਗਣ ਦਾ ਸਰ ਡਰ ਤੇ ਹੈਗਾ ਹੀ ਆ, ਪਰ ਇਹ
जो अपना 1948 की वर्षा बनी है ये तारा उदो तो ही मतलब इदा ही चलदी आ रही वा ते सीधे जोड़ते तुम सर वेख ही रहे जे ते इन्हां दा भी जो वर्षा नवी बनेगी ते नाल ही इन्हां दा भी अपना मेंटेनेंस की जाए। सरकार नूं हुण की कहना चाहोगे कि जो साडे ट्रांसपोर्ट मंत्री ने या सूबे दे जो मुख मंत्री ने उन्हां नूं की विशेष अपील की करना चाहोगे कि इत्थे आके विजिट या इहनूं एक करी। सर अपील इहो ही आ कि जिहड़ी वर्षा दी माड़ी हालत आ ते वर्षा नूं मतलब सारी नूं बना के दित्ता जावे। जी बिल्कुल, जिवें तुसीं देखिया कि वर्कशॉप दे हालात जो काफी माड़े ने ते इत्थों दे जिहड़े मकैनिक ने ओह वी इत्थों अपील कर रहे ने कि जरूर जो सूबे दे मुख्यमंत्री ने उन्हां दी गल सुनन, क्योंकि अज तों पहलां जिन्नियां सरकारां रहियां ने उन्हां वल्लों जिहड़ी सार नहीं लिती गई, उन्हां वल्लों बात नहीं पुछी गई, क्योंकि अगर कोई आउंदा ही विजिट करके चला जांदा सीगा, पर इह सरकार तों जरूर अपील करदे हुए दिखाई दे रहे ने इत्थों दे जिहड़े आपां कह सकदे कि मुलाजम ने, उन्हां वल्लों विशेष तौर ते कहा जा रहा है कि ठीक है आप सरकार दे उत्ते काम भी चंगा कर रहे, पर सरकार नूं अपील कर रहे ने कि इत्थे आके एक वारी जरूर इन्हां दी बात पुछी जावे, इन्हां दी सार लिती जावे कि हालात इत्थों दे बन चुके ने। ते साडे नाल समाज सेवी पवन जी मौजूद ने। पवन जी की कहना चाहोगे सरकार नूं, तुसीं अपने एंड तों की अपील करना चाहोगे या किसी ने मिलोगे इस विषय दे उत्ते या कोई चिट्ठी पत्र या कोई कह सकते कि मुख्यमंत्री साहब नूं तक पहुंचानी चाहो। देखो पहली गल तां इह हैगी है कि असीं बेस्ट एफर्ट्स करांगे, ट्रांसपोर्ट मिनिस्टर नूं भी मैसेज लावांगे, लिखांगे भी, और सीएम भगवंत सिंह मान नूं भी इह गल लिखांगे कि इस चीज वाल खास तवक्को करन, ध्यान देण, जो इन्हां लोकां दी तवक्को आ, जो आस उम्मीद सरकारां कोलों हुंदी आ किसे भी देश दे नागरिक नूं सूबे दे नागरिक नूं, उन्हां आसां दे पूरा उतरन। जे प्रपोजल पिछली गवर्नमेंट वाले बने तो फिर सरकार बदली, रुकावट आ गई, वह पूरा ना सिरे चढ़ सकिया। सरकार नूं चाहिए, ट्रांसपोर्ट मिनिस्टर नूं चाहिए, अमृतसर एक बहुत वड्डा प्रमुख शहर हैगा जिथे लखां दी तादाद दे विच डेली टूरिस्ट आउंदा, अपना नतमस्तक हुंदा धार्मिक स्थलां उत्ते। जे उत्थों दे वर्कशॉप्स, उत्थों दी ट्रांसपोर्ट सिस्टम दा यह हालात पैदा होणगे तो फिर की मैसेज साडा संदेश जिहड़ा वर्ल्डवाइड जाऊगा। सो इस करके इन्हां मकैनिक्स की सार लैनी चाहिए आ, इन्हां दी जान माल की रक्षा करनी चाहिए आ, इन्हां दी जिंदगी बहुत इंपोर्टेंट हैगी आ, इन्हां दी रिपेयर कीतियां बसां उत्ते ही लोगों ने सवार होकर सफर करना, उन्हां दी जान माल की रक्षा जिहड़ी आ इन्हां दे उत्ते डिपेंडेंट हैगी आ। सो सब तो पहला प्रायोरिटी बेसिस दे उत्ते इन्हां नूं शैल्टर मुहैया कराउणी चाहीदी आ, इह सारा फ्लोर पक्का होना चाहिए। जिहड़े वड्डे ऑफिसर आ उह एसी दफ्तरां दे विच ते बैठ जांदे आ, पर जिहड़ा मकैनिक हुंदा लोअर स्ट्रैटा हुंदा उहदी कोई सार ही नहीं लैंदा। सो इस करके बड़े दुखी हालातां दे विच बड़े दुखी मन दे नाल विचारे काम करदे आ, धुप आउंदी आ, छां नहीं हैगी, बारिश आउंदी आ, सिर लुकाउण नूं जगह नहीं, बसां दे विच जा के वड़दे आ। इन दी एंड फिर इह जिहड़ा सारी हिंडरेंस क्रिएट हुंदी आ इह रिपेयर दे उत्ते हुंदी आ, ट्रांसपोर्ट सिस्टम दे उत्ते हुंदी आ। मेरी ट्रांसपोर्ट मिनिस्टर नूं इह अपील हैगी आ कि जल्द तों जल्द इन्हां दी सुनवाई करनी चाहीदी आ, इन्हां नूं सेफ्टी गीयरस प्रोवाइड करने चाहीदे आ। जे किसी भी इत्थों दे मकैनिक दा जे कोई कल नूं हादसा पेश आ जांदा, किसी नूं डेंगू नाल कोई समस्या पैदा हो जांदी आ ते परिवार उजड़न वाले हालात जिहड़े आ अज दे समें दे विच बण जांदे आ। असीं पिछले समें देख लिया कि बीमारियां दे नाल लोकां दे घरां दे की हालात हो गए सी। सो इन्हां लोकां नूं बचाउणा चाहीदा, इन्हां दी केयर करनी चाहीदी आ, मेहनत कश लोकां नूं सिर दा ताज बना के रखना चाहीदा, उन्हां दी सुनवाई करनी चाहीदी आ, तां कि साडा पंजाब रोडवेज दा जो भी सिस्टम हैगा उह अच्छे तरीके नाल सुचारू ढंग नाल चले और देश दे विच पंजाब रोडवेज दी नामो निशान जिहड़ा उच्चा होवे। जी बिल्कुल, जिवें तुसीं देखिया सन समाज सेवी इंजीनियर पवन शर्मा जी तो उन्हां वल्लों साफ तौर ते दस्सिया गया ते नाल दी नाल जो इत्थों दे जो मकैनिक ने उन्हां दे नाल भी साडी गल होई आ ते उन्हां वल्लों भी इक अपील कीती गई आ, पंजाब सरकार नूं अपील कीती गई आ कि हजे तक जो उन्हां दी सार नहीं लिती गई इत्थे आ के। अक्सर जो पहलियां सरकारां दी गल कर लईए तां कई मंत्री जां कई MLAs इत्थे आउंदे सीगे ते इत्थों दे हालात वेख के जायजा लै के चले जांदे सीगे, पर उन्हां वल्लों कोई भी कार्रवाई जो इत्थे नहीं सी कीती जांदी, उन्हां वल्लों कोई डिवेलपमेंट इत्थे नहीं कीती जांदी सी। पर हुण जो आ सरदार भगवंत सिंह मान होणा नूं सीएम साहब जो ने साडे जो आपां कह सकदे आं कि पंजाब सूबे दे ते उन्हां नूं जो इदां ने अपील कीती आ कि जरूर इत्थे दी जो सार लिती जावे ते नाल दी नाल ट्रांसपोर्ट मंत्री होणा नूं जरूर अपील कीती आ कि एक वारी इत्थे आ के जरूर देखो ते इन्हां दी जो सार लवो ते इत्थों दे जो हालात ने ओह ठीक करो। कैमरामैन संदीप कुमार दे नाल अक्षय सुनक, जगबानी टीवी, अमृतसर।